ਤਾਂ ਦੱਸ ਦਿਓ ਕਿ ਤਲਵਾਰਾਂ ਦੇ ਨਾਲ ਇੱਕ JCB ਦੇ ਆਪਰੇਟਰ ਨੂੰ ਵੜ ਦਿੱਤਾ ਗਿਆ ਤਾਂ ਜਾਨਲੇਵਾ ਹਮਲੇ ਦੇ ਵਿੱਚ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਤਾਂ 3 ਹਮਲਾਵਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਦੱਸ ਦਈਏ ਕਿ ਹੁਸ਼ਿਆਰਪੁਰ ਤੋਂ ਇਹ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਿ ਸ਼ਰੇਆਮ ਗੁੰਡਾਗਰਦੀ ਹੋਈ ਹੈ ਤਾਂ ਮਿਲੀ ਜਾਣਕਾਰੀ ਅਨੁਸਾਰ ਜਦੋਂ ਇਹ ਦੋਨੇ ਨੌਜਵਾਨ ਬਾਈਕ 'ਤੇ ਜਾ ਰਹੇ ਸੀ ਤਾਂ ਇਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਇੱਕ ਸ਼ਖਸ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ ਤਾਂ ਜ਼ਖਮੀ ਸ਼ਖਸ ਨੇ ਦੱਸਿਆ ਕਿ ਉਹ ਬਾਈਕ 'ਤੇ ਆਪਣੇ ਘਰ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ 3 ਨੌਜਵਾਨਾਂ ਨੇ ਇਹਨਾਂ ਨੂੰ ਰੋਕਿਆ ਅਤੇ ਕੁਲਵੀਰ 'ਤੇ ਹਮਲਾ ਕਰ ਦਿੱਤਾ ਜਦੋਂ ਉਸਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ 'ਤੇ ਵੀ ਹਮਲਾ ਕਰ ਦਿੱਤਾ ਤਾਂ ਇਹਨਾਂ ਹਮਲਾਵਰਾਂ ਦੇ ਕੋਲ ਤੇਜ਼ਧਾਰ ਹਥਿਆਰ ਸੀ ਤਾਂ ਤੇਜ਼ਧਾਰ ਹਥਿਆਰਾਂ ਦੇ ਨਾਲ ਦੋਨਾਂ 'ਤੇ ਹਮਲਾ ਕਰਕੇ ਇਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿਸ ਦੇ ਵਿੱਚ ਕੁਲਦੀਪ ਨਾਮਕ ਇਸ JCB ਆਪਰੇਟਰ ਦੀ ਮੌਤ ਹੋ ਜਾਂਦੀ ਹੈ ਜਦਕਿ ਦੂਸਰੇ ਸ਼ਖਸ ਦਾ ਹਾਲੇ ਵੀ ਇਲਾਜ ਚੱਲ ਰਿਹਾ ਤਾਂ ਇਸ ਸੰਬੰਧੀ ਫਿਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਦੱਸ ਦਈਏ ਕਿ ਦੋਨੋਂ ਬਾਈਕ 'ਤੇ ਸਵਾਰ ਹੋ ਕੇ ਆਪਣੇ ਘਰ ਦੇ ਵੱਲ ਜਾ ਰਹੇ ਸੀ ਤਾਂ ਇਹਨੇ ਨੂੰ 3 ਨੌਜਵਾਨਾਂ ਦੇ ਵੱਲੋਂ ਰਸਤੇ ਦੇ ਵਿੱਚ ਇਹਨਾਂ ਨੂੰ ਘੇਰਿਆ ਗਿਆ ਅਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ। ਫਿਲਹਾਲ ਹਮਲੇ ਦੇ ਪਿੱਛੇ ਦੀ ਵਜ੍ਹਾ ਹਾਲੇ ਤੱਕ ਪਤਾ ਨਹੀਂ ਲੱਗੀ ਅਤੇ ਪੁਲਿਸ ਦੇ ਵੱਲੋਂ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ। ਠੀਕ, ਕੀ ਨਾਂ ਸੀ ਮੁੰਡੇ ਤੁਹਾਡੇ ਦਾ? ਕੁਲਵੀਰ ਸਿੰਘ। ਕੁਲਵੀਰ ਸਿੰਘ ਕੀ ਕੰਮ ਕਰਦਾ ਹੈ? ਜੀ, ਕੁਛ ਪਤਾ ਹੈ ਕਿ ਹਮਲਾ ਕਿਹਨੇ ਕੀਤਾ ਹੋਏਗਾ? ਕੋਈ ਅੰਦਾਜ਼ਾ ਹੈ? ਬ੍ਰਦਰ ਦਾ ਕੀ ਨਾਮ ਹੈ? ਕੀ ਹੋਇਆ ਹਮਲਾ, ਤੋਂ ਕਦੋਂ ਪਤਾ ਲੱਗਾ ਕੀ ਹੋਇਆ ਸੀ? ਕਿੰਨੇ ਭੈਣ ਭਰਾ ਤੁਸੀਂ? ਇਕਲੌਤਾ ਭਰਾ ਸੀ ਇਹ ਤੁਹਾਡਾ? ਸਰ, ਜਿਹੜਾ ਇਹ ਨੌਜਵਾਨਾਂ 'ਤੇ ਹਮਲਾ ਹੋਇਆ, ਕੀ ਹੋਈ ਸੀ ਪੂਰੀ ਵਾਰਦਾਤ? ਪੂਰੇ ਹੁਣੇ ਇਨਫੋਰਮੇਸ਼ਨ ਮਿਲੀ ਸੀ ਪਿੰਡ ਬਾਜਵਾ ਦਾ ਜਿਹੜਾ ਮੁੰਡਾ ਰਹਿਣ ਵਾਲਾ, ਉਹਦੇ ਜਦੋਂ ਸਵੇਰ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ ਅਤੇ ਰਸਤੇ ਵਿੱਚ 3 ਜਿਹੜੇ ਅਣਪਛਾਤੇ ਨੌਜਵਾਨਾਂ ਨੇ ਘੇਰ ਕੇ ਉਹਨਾਂ ਦੀ ਸੱਟਾਂ ਮਾਰੀਆਂ। ਉਹਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਡੈਥ ਹੋ ਗਈ ਹੈ, ਦੂਜਾ ਜ਼ਖਮੀ ਹੈ। ਅਸੀਂ ਜਿਹੜਾ ਜ਼ਖਮੀ ਹੈ ਉਹਦਾ ਬਿਆਨ ਹਾਸਲ ਕਰਕੇ ਪਰਚਾ ਰਜਿਸਟਰ ਕਰ ਰਹੇ ਹਾਂ ਅਤੇ ਜਿਹੜੇ ਦੋਸ਼ੀਆਂ ਨੂੰ ਜਲਦੀ ਭਾਲ ਕਰਕੇ ਉਹਨੂੰ ਅਰੈਸਟ ਕਰ ਲਿਆ। ਸਰ, ਇਹ ਕੀ ਕਾਰਨ ਹੋ ਸਕਦੇ ਜਿਹੜੇ ਹਮਲੇ ਦੇ? ਇਹ ਪ੍ਰਾਈਮ ਆਫ ਸਾਈ ਤਾਂ ਦੇਖੋ ਕੋਈ ਵੀ ਐਂਗਲ ਹੋ ਸਕਦਾ, ਅਸੀਂ ਸਾਰੇ ਪਹਿਲੂ ਦੇ ਉੱਤੇ ਜਾਂਚ ਕਰਾਂਗੇ ਅਤੇ ਜੋ ਵੀ ਦੋਸ਼ੀ ਹੈਗਾ ਉਹਨੂੰ ਬਖਸ਼ਿਆ ਨਹੀਂ ਜਾਵੇਗਾ। ਸਤਵਿੰਦਰ, ਕੀ ਹੋਇਆ ਸੀ ਜਿਹੜਾ ਤੁਹਾਡੇ 'ਤੇ ਹਮਲਾ ਹੋਇਆ, ਕਿੱਥੇ ਜਾ ਰਹੇ ਸੀ? ਇਹ ਭਾਈ, ਮੈਂ ਪਿੰਡ ਨੂੰ ਜਾ ਰਹੇ ਸੀ, ਜਿੱਥੇ ਪਿੰਡ ਬਾਜਵਾ ਪ੍ਰਾਇਮਰੀ ਸਕੂਲ ਦੇ ਲਾਗੇ ਪਹੁੰਚੇ ਹਾਂ। ਪਰਲੀ ਸਾਈਡ 'ਤੇ ਦੋ ਮੁੰਡੇ ਖੜ੍ਹੇ ਸੀਗੇ, 3 ਕਾਹਦੇ 'ਤੇ ਸੀਗੇ? ਉਹ ਮੋਟਰਸਾਈਕਲ 'ਤੇ। ਅੱਛਾ। ਜਿੱਥੇ ਸਾਨੂੰ ਦੇਖਿਆ ਉਹ ਯਕਦਮ ਅੱਗੇ ਆਏ, ਉਹਨੇ ਉਹ 35-70 ਮੇਰੇ ਡਰਾਈਵਰ ਜਿਹੜਾ ਉੱਤੇ ਵਾਰ ਦਿੱਤੇ। ਜਿੱਦਾਂ ਮੈਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਉਹਨੇ ਮੇਰੇ 'ਤੇ ਵੀ ਵਾਰ ਦਿੱਤੇ। ਅੱਛਾ। ਤਾਂ ਮੇਰੇ ਬਾਹਰ ਦੇ ਤੁਹਾਡੇ ਦੋਸਤ ਕਿਹਦਾ ਕੀ ਨਾਮ ਆ ਉਹਦਾ? ਉਹਦਾ ਨਾਮ ਕੁਲਵੀਰ ਸਿੰਘ। ਤੁਹਾਡਾ ਡਰਾਈਵਰ ਹੈ? ਹਾਂਜੀ, ਡਰਾਈਵਰ। ਉਹਦੀ ਕੀ ਕਿਸ ਤਰ੍ਹਾਂ ਕੰਡੀਸ਼ਨ ਹੈ ਤੁਹਾਡੀ, ਕਿੱਥੇ ਕਿੱਥੇ ਸੱਟਾਂ ਲੱਗੀਆਂ? ਮੇਰੀ ਕੰਡੀਸ਼ਨ, ਮੇਰੀਆਂ ਬਾਹਾਂ ਦੋਨੇ ਰੱਦੀ ਆ, ਉਹ ਰਹਿੰਦੀ ਆ ਇੱਥੇ ਨਾ ਹੁੰਦਾ। ਕੀ ਮੰਗ ਕਰਦੇ ਹੋ ਪੁਲਿਸ ਤੋਂ? ਮੈਂ ਮੰਗ ਕਰਦਾ ਜਿਹੜੇ ਗੁੰਡਾਗਰਦੀ ਚੱਲ ਰਹੀ ਆ ਅਤੇ ਗੁੰਡਾਗਰਦੀ ਖਤਮ ਕੀਤੀ ਜਾਏ ਅਤੇ ਗੁੰਡਾਗਰਦੀ ਨੂੰ ਨੱਥ ਪਾਈ ਜਾਏ।